तुसीं देख रहे हो डेली पोस्ट पंजाबी। जिवें कि पंजाब दे विच करोना नूं लैके गल कीती जावे तां लगातार जिहड़े केस ने हुण चंगी खबरां आ रही ने, यानी कि केस लगातार ठीक हो रहे ने, आंकड़ा वध चल रहा हैगा, पर इहदे उत्ते वी हुण लोक सवाल खड़ा कर रहे ने कि आखिरकार इक्को लगता आंकड़ा किवें वध गया। ਸਾਡੇ ਨਾਲ ਹੈਲਥ ਮਿਨਿਸਟਰ ਬਲਬੀਰ ਸਿੰਘ ਸਿੱਧੂ ਹੈਗੇ ਨੇ, ਉਹਨਾਂ ਨੂੰ ਪੁੱਛਾਂਗੇ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਦੀ ਸ਼ੰਕਾ ਇਹ ਸੀਗੀ ਕਿ ਇੱਕੋ ਲਗਤਾ ਅੰਕੜਾ ਪਹਿਲਾਂ ਪੋਜ਼ਿਟਿਵ ਦਾ ਵਾਧਾ ਅਤੇ ਫਿਰ ਹੁਣ ਠੀਕ ਹੋਣ ਵਾਲਿਆਂ ਦਾ। ਸੋ ਸਭ ਲੋਕਾਂ ਦੇ ਵਿੱਚ ਹੁਣ ਇਸ ਚੀਜ਼ ਨੂੰ ਲੈ ਕੇ, ਹਾਲਾਂਕਿ ਵੈਸੇ ਤਾਂ ਖੁਸ਼ੀ ਹੈ ਕਿ ਅੰਕੜਾ ਚਲੋ ਘਟਣਾ ਸ਼ੁਰੂ ਹੋ ਗਿਆ ਹੈਗਾ, ਰਿਕਵਰੀ ਰੇਟ ਵੱਧ ਗਿਆ, ਪਰ ਇੱਕੋ ਲਗਤ ਇੰਨਾ ਰਿਕਵਰੀ ਰੇਟ ਵੱਧ ਜਾਣਾ ਸੁਖਾਵੀਂ ਖਬਰ ਦੇ ਨਾਲ ਕਈ ਸਵਾਲ ਖੜੇ ਕਰਨ ਲੱਗ ਗਿਆ। ਦੇਖੋ ਗੱਲ ਇੱਦਾਂ ਹੈਗੀ ਆ, ਅਸੀਂ ਘੱਟੋ ਘੱਟ ਵੀ 7 ਤੋਂ ਲੈ ਕੇ 8000 ਬੰਦੇ ਨੂੰ ਵੀ 25 ਦਿਨ ਅਸੀਂ ਸੰਭਾਲ ਕੇ ਰੱਖਿਆ, ਔਰ 20-25 ਦਿਨਾਂ ਦੇ ਵਿੱਚੋਂ ਸਿਰਫ ਕੋਈ 1200 ਕੁਛ ਕੇਸ, 1250 ਕੇਸ ਜਿਹੜੇ ਸੀਗੇ ਉਹ ਪੋਜ਼ਿਟਿਵ ਆਏ ਸੀਗੇ, ਅਤੇ ਉਹਦੇ ਨਾਲ ਸਾਡਾ ਅੰਕੜਾ ਵਧਿਆ ਸੀਗਾ। ਲੇਕਿਨ ਹੁਣ ਜਦੋਂ ਹੌਲੀ ਹੌਲੀ ਅਸੀਂ ਉਹਨਾਂ ਸਾਰਿਆਂ ਦੇ ਟ੍ਰੀਟਮੈਂਟ ਕੀਤਾ, ਪਲੱਸ ਐਸੋਸੀਏਸ਼ਨ ਵਾਰਡ ਸੀਗੇ ਉਹਨਾਂ ਬੰਦਿਆਂ ਨੂੰ ਬਕਾਇਦਾ ਸੈਂਪਲ ਹੋਏ, ਤਾਂ ਉਸ ਤੋਂ ਬਾਅਦ ਪੋਜ਼ਿਟਿਵ ਪਾਏ ਗਏ। ਪੋਜ਼ਿਟਿਵ ਬਾਅਦ ਜਿਹੜੇ ਹੁਣ ਹੌਲੀ ਹੌਲੀ ਜਿਹੜੀਆਂ ਗਾਈਡਲਾਈਨ ਚੇਂਜ ਹੋਣ ਤੋਂ ਬਾਅਦ ਅਸੀਂ ਉਹਨਾਂ ਸਾਰਿਆਂ ਨੂੰ ਜਿਹੜਾ ਕੋਈ ਸਿਮਟਮ ਨਹੀਂ ਸੀ, ਜਿਹੜੇ ਬੰਦਿਆਂ 'ਤੇ ਹਾਲੇ ਵੀ ਸਿਮਟਮ ਸੀਗੇ ਉਹਨਾਂ ਬੰਦਿਆਂ ਨੂੰ ਹਾਲੇ ਸੀ ਉਹਨਾਂ ਨੂੰ ਫ੍ਰੀ ਨਹੀਂ ਕੀਤਾ, ਉਹ ਹਾਲੇ ਵੀ ਉੱਥੇ ਸਾਡੇ ਕੋਲ ਐਡਮਿਟ ਨੇ, ਅਸੀਂ ਉਹਨਾਂ ਦਾ ਇਲਾਜ ਕਰ ਰਹੇ ਹਾਂ। ਜਿੰਦਰ ਉਹਨਾਂ ਦਾ ਉਹ ਆਪਣੇ ਸਿਮਟਮ ਖਤਮ ਨਹੀਂ ਹੋ ਜਾਂਦੇ, ਉੱਧਰ ਅਸੀਂ ਉਹਨਾਂ ਨੂੰ ਉੱਥੋਂ ਡਿਸਚਾਰਜ ਨਹੀਂ ਕਰਾਂਗੇ। ਲੇਕਿਨ ਜਿਹੜੀ ਗੱਲ ਲੋਕਾਂ ਦਾ, ਬਹੁਤ ਕੁਛ ਕਹਿਣਾ ਹੁੰਦਾ, ਪਰ 8000 ਬੰਦੇ ਦੇ 1200-1250 ਬੰਦਾ, ਜੋ 4200 ਬੰਦੇ 1250 ਬੰਦਾ ਹੁੰਦਾ ਹੈ, ਤਾਂ ਇੱਕ ਚੀਜ਼ ਦਾ ਕੋਈ ਵਰਥ ਹੈਗੀ ਆ। ਸਰਕਾਰ ਨਾਲ ਕੋਈ ਜੀ ਨਹੀਂ ਕਰਦਾ ਕਿ ਭਲੇ ਇੱਥੋਂ 100 ਬੱਸ ਭੇਜੇ, 200 ਦੇ ਬੰਦਿਆਂ ਨੂੰ ਲੈ ਕੇ ਆਵੇ, ਫਿਰ ਆ ਕੇ ਇੰਨਾ ਉਹ ਕਰੇ, ਇੰਨਾ ਸਭ ਕਰਕੇ ਰੱਖੇ, ਇਹ ਨਹੀਂ। ਲੇਕਿਨ ਅਸੀਂ ਇੱਕ ਚੀਜ਼ ਆ, ਪੰਜਾਬ ਨੂੰ ਸਪਰੈਡ ਹੋਣ ਤੋਂ ਰੋਕ ਲਿਆ ਕਮਿਊਨਿਟੀ ਦੇ ਵਿੱਚ, ਜੇ ਵਾਇਰਸ ਸਪਰੈਡ ਹੋ ਜਾਂਦਾ ਕਮਿਊਨਿਟੀ ਵਿੱਚ, ਤਾਂ ਅੱਜ ਪੰਜਾਬ ਦੇ ਹਾਲਾਤ ਕੁਛ ਹੋਰ ਹੋਣੇ ਸੀਗੇ। ਲੋਕਾਂ ਨੂੰ ਜਿਹੜੇ ਇਹ ਗੱਲ ਕਰਦੇ ਆ, ਉਹਨਾਂ ਨੂੰ ਇਹ ਗੱਲ ਜ਼ਰੂਰ ਸੋਚ ਲੈਣੀ ਚਾਹੀਦੀ ਹੈ ਕਿ ਬਿਮਾਰੀ ਬਿਮਾਰੀ ਹੁੰਦੀ ਹੈ, ਕਿਸੇ ਨਾਲ ਲਿਹਾਜ਼ ਨਹੀਂ ਕਰਦੀ। ਅਤੇ ਅਸੀਂ ਪਹਿਲਾਂ ਵੀ 35 ਜਾਣਾ, ਹੁਣ ਤੱਕ ਅਸੀਂ ਆਪਣੀਆਂ ਕੀਮਤੀ ਗਵਾ ਚੁੱਕੇ ਹਾਂ। ਉਹਨਾਂ ਲੋਕਾਂ ਨੂੰ ਗੱਲ ਕਰਨ ਤੋਂ ਬੜਾ 100 ਵਾਰ ਸੋਚਣਾ ਚਾਹੀਦਾ ਕਿ ਸਰਕਾਰ ਦੇ ਜਿਹੜੇ ਕੰਮ ਕਰਨ 'ਤੇ ਜਾਂ ਮੈਡੀਕਲ ਟੀਮਾਂ ਦੇ ਉੱਤੇ ਕੋਈ ਇੱਦਾਂ ਦਾ ਕਿੰਤੂ ਪ੍ਰੰਤੀ ਕਰਨ ਦਾ ਕੋਈ ਹੱਕ ਨਹੀਂ ਹੈ। ਇੱਕ ਮੰਤਰੀ ਜੀ, ਹੋਰ ਚੀਜ਼ ਸਪਸ਼ਟ ਕਰੋ ਕਿ ਅਧਿਕਾਰਿਕ ਤੌਰ 'ਤੇ ਜੇ ਕਹੀਏ, ਕਿਉਂਕਿ ਪਹਿਲਾਂ ਆਮ ਤੌਰ 'ਤੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਚੀਜ਼ਾਂ ਇਹ ਚੱਲਦੀਆਂ ਨੇ ਕਿ ਆਖਿਰਕਾਰ ਜੇ ਅੰਕੜਾ ਵੱਧ ਹੈ ਸ਼ਾਇਦ ਕਿਸੇ ਸਟੇਟ ਨੂੰ ਫਾਇਦਾ ਹੁੰਦਾ, ਹਰਿਆਣੇ ਨੂੰ ਵੀ ਲੈ ਕੇ ਹਾਲਾਂਕਿ ਇਹ ਗੱਲਾਂ ਕੀਤੀਆਂ ਗਈਆਂ ਸੀ, ਕੀ ਕੋਈ ਇਸ ਤਰ੍ਹਾਂ ਦੀ ਅਫੀਸ਼ੀਅਲ ਹੈ ਕਿ ਜੇਕਰ ਕਿਸੇ ਸਟੇਟ 'ਚ ਅੰਕੜਾ ਵੱਧ ਹੈ ਤਾਂ ਸੈਂਟਰ ਗੌਰਮੈਂਟ ਉਹਨੂੰ ਕੋਈ ਜ਼ਿਆਦਾ ਫਾਇਦਾ ਦਿੰਦੀ ਹੈ ਜਾਂ ਕੋਈ ਜ਼ਿਆਦਾ ਪੈਕੇਜ ਦਿੰਦੀ ਹੈਗੀ ਆ? ਮੇਰੇ ਵੀਰੋ, ਗੱਲ ਇੱਦਾਂ ਹੈ ਕਿ ਵੀ ਇਹ ਜੇ ਗੱਲਾਂ ਜਿਹੜੀਆਂ ਨੇ ਇਹ ਸਾਰੇ ਸ਼ੋਸ਼ੇ ਨੇ, ਇਹ ਵਿਰੋਧੀਆਂ ਦੇ ਸ਼ੋਸ਼ੇ ਨੇ ਕਿ ਵਿਰੋਧੀਆਂ ਦੇ ਹੁਣ ਜਿਹੜੀ ਉਹਨਾਂ ਨੇ ਝੂਠ ਬੋਲਿਆ ਸੀ ਕਿ ਨਰੇਂਦਰ ਸਾਹਿਬ ਤਾਂ ਸਾਰਾ ਕੁਝ ਠੀਕ ਠਾਕ ਆਇਆ, ਉਹ ਗੱਲ ਸਾਹਮਣੇ ਆ ਗਈ ਕਿ ਇੰਨੇ ਬੰਦੇ ਪੋਜ਼ਿਟਿਵ ਪਾਏ ਗਏ। ਹੁਣ ਉਹ ਆਪਣੀ ਉਸ ਚੋਰੀ ਨੂੰ ਗਲਤ ਨੂੰ ਛੁਪਾਉਣ ਵਾਸਤੇ ਇਹੋ ਜਿਹਾ ਪ੍ਰਚਾਰ ਕਰਦੇ ਨੇ ਜਿਹੜਾ ਕਿ ਲੋਕਾਂ ਨੂੰ ਮਾਫ਼ ਨਹੀਂ ਹੈ, ਲੋਕਾਂ ਨੂੰ ਮਾਫ਼ ਨਹੀਂ ਹੈਗਾ ਔਰ ਲੋਕਾਂ ਨੂੰ ਪਸੰਦ ਵੀ ਨਹੀਂ ਹੈਗਾ। ਉਹਨਾਂ ਲੋਕਾਂ ਦਾ ਅਰਦਾਸ ਕਰਨੀ ਚਾਹੀਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚੰਗੇ ਤਰੀਕੇ ਦੇ ਨਾਲ ਇੱਕ ਸਜੋ ਸੁਚੱਜੀ ਅਗਵਾਈ ਦੇ ਥੱਲੇ ਪੂਰੇ ਪੰਜਾਬ ਨੂੰ ਕੰਟਰੋਲ ਕੀਤਾ ਔਰ ਪੰਜਾਬ ਦੇ ਲੋਕਾਂ ਨੂੰ ਬਚਾਇਆ। ਅੱਜ ਪੰਜਾਬ ਦੇ ਲੋਕ ਖੁਸ਼ਹਾਲੀ ਵੱਲ ਨੂੰ ਵੱਧ ਰਹੇ ਨੇ, ਜੇ ਅੱਜ ਕਾਰੋਬਾਰ ਖੁੱਲ੍ਹ ਰਹੇ ਨੇ ਤਾਂ ਇਹ ਉਹਨਾਂ ਦੀ ਵੱਡੀ ਵੱਡੀ ਸਰਕਾਰ ਦੀ ਪ੍ਰਾਪਤੀ ਹੈ ਇਹ ਕਿ ਦੁਬਾਰੇ ਲੋਕਾਂ ਹੌਲੀ ਹੌਲੀ ਆਪਣੀ ਜ਼ਿੰਦਗੀ ਬਹਾਲ ਕਰਨ ਉਹਦੀ ਬਹਾਲ ਹੋ ਰਹੀ ਹੈ ਅਤੇ ਉਹਦੇ ਨਾਲ ਸਾਡੇ ਪੰਜਾਬ ਦੇ ਵਿੱਚ ਇੱਕ ਚੰਗਾ ਜਿਹੜਾ ਗ੍ਰੀਨ ਸਿਗਨਲ ਲੱਗਿਆ ਕਿ ਜਦੋਂ ਬੰਦੇ ਸਾਰੇ ਹੌਲੀ ਹੌਲੀ ਠੀਕ ਹੋਏ ਨੇ ਤਾਂ ਸਾਨੂੰ ਸਕੂਨ ਮਿਲਿਆ। ਅਸੀਂ ਜਦੋਂ ਬੰਦੇ ਪੋਜ਼ਿਟਿਵ ਡੇਲੀ ਅੰਕੜਾ ਵੱਧ ਰਿਹਾ ਸੀ, ਰਾਤ ਨੂੰ ਨੀਂਦ ਆਉਣੋਂ ਹਟ ਗਈ ਸੀ, ਇੰਨਾ ਸਟ੍ਰੈਸ ਸੀ, ਇੰਨਾ ਪੈਨਿਕ ਸੀ ਇਸ ਗੱਲ ਦਾ ਕਿ ਦੇਖਿਓ ਕਿਤੇ ਕੋਈ ਇਹੋ ਜਿਹਾ ਪ੍ਰੋਬਲਮ ਆ ਜਾਂਦੀ ਬਾਈ ਦੀ ਵੇ, ਤਾਂ ਸਾਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੋਣਾ ਸੀ। ਮੰਤਰੀ ਜੀ, ਹੁਣ ਖੁੱਲ੍ਹਣ ਲੱਗਿਆ ਹੈਗਾ, ਜੇ ਕਹੀਏ ਕਿ ਅੱਜ ਇੱਕ ਤਰ੍ਹਾਂ ਦੀ ਪੂਰਨ ਰੂਪ 'ਚ ਢਿੱਲ ਹੋ ਚੱਲੀ ਹੈਗੀ, ਬੇਸ਼ੱਕ ਸ਼ਾਮ ਤੱਕ ਦਾ ਟਾਈਮ ਰੱਖਿਆ ਗਿਆ ਹੈਗਾ, ਪਰ ਇਹ ਚੀਜ਼ ਅੱਗੇ ਨਾ ਵਧੇ ਜਾਂ ਇਸ ਚੀਜ਼ ਨੂੰ ਲੈ ਕੇ ਹੈਲਥ ਡਿਪਾਰਟਮੈਂਟ ਨੇ ਤਿਆਰੀ ਕੀਤੀ ਹੈਗੀ ਆ, ਪੂਰਾ ਪਹਿਲਾਂ ਸਰਵੇ ਕੀਤਾ ਹੈਗਾ? ਦੇਖੋ, ਅਸੀਂ ਰੈਂਡਮਲੀ ਚੈੱਕ ਕਰਨ ਵਾਸਤੇ ਅੱਜ ਦੀ ਹੁਣ ਮੀਟਿੰਗ 4 ਵਜੇ ਹੈਗੀ, ਉਹ 'ਚ ਕਾਫੀ ਗੱਲਾਂ ਹੋਣਗੀਆਂ ਵੀ ਕਿਸ ਤਰ੍ਹਾਂ ਅਸੀਂ ਸੈਂਪਲਿੰਗ ਅਤੇ ਟੈਸਟਿੰਗ ਨੂੰ ਵਧਾਉਣਾ ਹੈਗਾ ਅਤੇ ਕਿਸ ਤਰ੍ਹਾਂ ਅਸੀਂ ਮੈਕਸੀਮਮ ਲੋਕਾਂ ਨੂੰ ਕਵਰ ਕਰਨਾ ਹੈਗਾ, ਉਹਦੇ ਸੰਬੰਧ ਦੇ ਵਿੱਚ ਬਕਾਇਦਾ ਸਾਡੀ ਇੱਥੇ ਮੀਟਿੰਗ ਹੈਗੀ, ਅਸੀਂ ਮੀਟਿੰਗ 'ਚ ਗੱਲਾਂ ਕਰਾਂਗੇ। ਅੱਜ ਮੀਟਿੰਗ ਇਸੇ ਵਾਸਤੇ ਹੈ ਅਤੇ ਅਸੀਂ ਪ੍ਰਵਾਤਮਾ ਕਰੇ ਪੰਜਾਬ ਨੂੰ ਇਸ ਤਰ੍ਹਾਂ ਹੀ ਤੰਦਰੁਸਤ ਰੱਖੇ, ਖੁਸ਼ਹਾਲ ਰੱਖੇ, ਜਿਹੜੇ ਸਾਡੇ ਬੰਦੇ ਵਿਚਾਰੇ ਚਲੇ ਗਏ ਉਹਨਾਂ ਨੂੰ ਸ਼ਾਂਤੀ ਮਿਲੇ ਉੱਥੇ ਗਿਆ ਨੂੰ ਅਤੇ ਆਪਣੇ ਚਰਨਾਂ 'ਚ ਨਿਵਾਸ ਦੇਣ ਅਤੇ ਜਿਹੜੇ ਬਾਕੀ ਲੋਕ ਨੇ ਉਹ ਇੱਕ ਚੰਗੀ ਜ਼ਿੰਦਗੀ ਜਿਉਣ, ਸਿਹਤਮੰਦ ਰਹਿਣ, ਸਾਡੀ ਇਹੀ ਕਾਮਨਾ ਤੁਹਾਡੇ ਲਈ ਮੈਂ ਤੁਹਾਨੂੰ ਕਰਨਾ ਚਾਹੁੰਦਾ। ਇੱਕ ਆਖਿਰ ਚਾਹੁੰਦਾ ਪੁੱਛੂੰਗਾ ਕਿ ਤੁਸੀਂ ਲੇਬਰ ਡਿਪਾਰਟਮੈਂਟ ਵੀ ਤੁਹਾਡੇ ਕੋਲ ਹੈਗਾ, ਕਿਉਂਕਿ ਬਹੁਤ ਸਾਰੀ ਲੇਬਰ ਜਾ ਚੁੱਕੀ ਹੈਗੀ ਹੈ, ਉਹਨਾਂ ਨੂੰ ਵਾਪਸ ਲਿਆਉਣ ਨੂੰ ਲੈ ਕੇ ਅਤੇ ਜਿਹੜੀ ਲੇਬਰ ਉਰੇ ਮੌਜੂਦ ਹੈਗੀ ਆ ਉਹਨਾਂ ਦਾ ਕੋਈ ਹੱਕ ਨਾ ਮਰੇ, ਇਸ ਚੀਜ਼ ਨੂੰ ਲੈ ਕੇ ਵੀ ਇਹ ਜਿਹੜੇ ਡਿਪਾਰਟਮੈਂਟ ਪੂਰਾ ਕਰ ਰਹੇ ਪੂਰਾ ਅਲਰਟ ਹੈਗੇ ਹਾਂ ਅਸੀਂ ਅਸੀਂ ਕੰਸਟਰਕਸ਼ਨ ਜਿਹੜੇ ਬੋਰਡ ਦੇ ਵਰਕਰ ਸੀਗੇ ਉਹਨਾਂ ਤੋਂ ਅਸੀਂ 6000 ਰੁਪਏ ਦੇ ਚੁੱਕੇ ਹਾਂ। ਜਿਹੜੇ ਵੈਲਫੇਅਰ ਬੋਰਡ ਦੇ ਇੰਪਲਾਈ ਨੇ ਉਹ ਸਾਰੇ ਇੰਡਸਟਰੀਸਟਾਂ ਨੂੰ ਕਹਿਦਾ ਤਨਖਾਹ ਦੇਣ ਨੂੰ ਕਿਹਾ ਗਿਆ ਕਿ ਤੁਸੀਂ ਤਨਖਾਹ ਦਿਓ ਤਾਂ ਕਿ ਇਹਨਾਂ ਨੂੰ ਆਪਣਾ ਇਹ ਗੁਜ਼ਾਰਾ ਕਰਨ, ਪਲੱਸ ਜਿਹੜੇ ਰਾਸ਼ਨ ਕਿੱਟਾਂ ਹਰ ਜਗ੍ਹਾ ਪਹੁੰਚਾਈਆਂ ਗਈਆਂ ਨੇ, ਪਰ ਜਿਹੜਾ ਲੇਬਰ ਦੇ ਵਿੱਚ ਇੱਕ ਅਸੰਤੋਸ਼ ਹੈ ਕਿ ਉਹ ਆਪਣੇ ਘਰ ਜਾਣਾ ਚਾਹੁੰਦੇ ਨੇ ਕਿ ਉਹ
कि असं छेती पहुँचीए पर छेती वापस भी आना चाहते हैं पर वो ट्रेनों की वेट नहीं कर रहे कि देखो ट्रेन तो जिन्नी सूँ मिलनिया ने सेंटर तो उन्नी असं ट्रेना भेज सकते हैं असं तो अपने वालों पूरा जिन्नी सूँ मिलता जिन्ना वो तो भेजा और असं डेली भेज दो चार लुधियाने तो भी जलंधर तो भी अमृतसर तो भी मोहाली तो भी ईवन फतेहगढ़ साहब गोविंदगढ़ तो जाए ने हर जगह तो ट्रेना लगिया हुई ने पर लेकिन है कि उन्होंने जिन्ना उन्होंने असी 1200 बंदा बिठाने जो उ ट्रेन आम रूटीन जाए तो घट्टो घट्ट 3-4 हज़ार बंदा लेके जाए असी डिस्टेंस भी रखना फिर मैडिकल भी करना सर फिर फूड का भी इंतजाम करना पानी का भी इंतजाम करना चीज़ा सारे ध्यान रख के उन्ने बंदे भेजने जिन्ने बंदे जा सकते बिल्कुल कह सकते हैं कि जेकर सुखावी खबर है तो उन्होंने सुखावें ही देखा जाए हालांकि जिस तरह के नाल जो सोशल मीडिया या फिर लोगों की धारणा बनी है कि आखिरकार शायद कोई स्टेट को फायदा होजूगा तो अजिहा कोई गल नहीं क्योंकि साफ तौर पर हेल्थ मंत्री ने इस गल साफ करता है कह जा सकता है कि जिस तरह के नाल हूँ अगे के दिन आने ने लोगों खुद भी एहतियात रखनी हो सारिया चीज़ा सरकार नहीं छड़िया जा सकती वीडियो जर्नलिस्ट कमल के नाम सुमित जोशी डेली पोस्ट पंजाबी चंडीगढ़।